ਇਹ ਝੰਡੇ ਚਾਰ ਲਾਏ ਹੋਏ ਨੇ, ਨਿਸ਼ਾਨ ਸਾਹਿਬ ਲਾਇਆ ਹੋਇਆ, ਰਾਮ ਮੰਦਰ ਦਾ ਲਾਇਆ, ਕਿਸਾਨੀ ਦਾ ਲਾਇਆ ਹੋਇਆ, ਦੇਸ਼ ਦਾ ਲਾਇਆ ਹੋਇਆ, ਬੜੀਆਂ ਲਾਈਨਾਂ ਲਿਖੀਆਂ ਹੋਈਆਂ ਨੇ। ਝੰਡੇ ਹੀ ਕਹਿਣੇ ਚਾਹੁੰਦੇ ਵੀ ਅਸੀਂ ਹਰ ਧਰਮ ਨੂੰ ਮੰਨਦੇ ਹਾਂ, ਨਾ ਅਸੀਂ ਖਾਲਿਸਤਾਨੀ ਹਾਂ, ਨਾ ਵੱਖਵਾਦੀ ਆ, ਨਾ ਅੱਤਵਾਦੀ ਆ। ਸਾਡਾ ਭਾਰਤ ਸਾਡੀ 90% ਕੁਰਬਾਨੀ ਆ, 90% ਮਤਲਬ ਪੰਜਾਬੀਆਂ ਦੀ, ਮੈਂ ਸਿੱਖਾਂ ਦੀ ਨਹੀਂ ਕਹਿੰਦਾ, ਪੰਜਾਬੀ ਦੀਆਂ। ਉਹ ਸਾਡੇ ਸ਼੍ਰੀ ਰਾਮ ਅਵਤਾਰ ਨੇ, ਠੀਕ ਹੈ। ਮੋਦੀ ਜੋ ਕਰ ਰਿਹਾ, ਚੰਗਾ ਕਰ ਰਿਹਾ, ਮਾੜਾ ਕਰ ਰਿਹਾ, ਸਾਨੂੰ ਨਹੀਂ ਪਤਾ। ਸਵਾਲ ਵੀ ਹੋ ਗਏ ਸੀ ਮੋਰਚੇ 'ਤੇ ਗਏ, ਤੁਹਾਨੂੰ ਤਾਂ ਪੁੱਛਣ ਲੱਗ ਗਏ ਕਿ ਆਹ ਕੀ ਲਾਇਆ ਹੋਇਆ, ਐਵੇਂ ਝੰਡੇ ਲਾਏ, ਨਿਸ਼ਾਨ ਸਾਹਿਬ ਲਾ ਕੇ ਉਹਦੇ ਨਾਲ ਇਹ ਤਿਰੰਗੇ ਲਾਏ ਹੋਏ ਨੇ। ਬੋਲਣ ਵਾਲੇ ਬੜਾ ਕੁਝ ਬੋਲਦੇ, ਪਰ ਅਸੀਂ ਜੋ ਦੱਸਣਾ ਚਾਹੁੰਦੇ ਦੱਸਤਾ। ਅਸੀਂ ਇਹ ਝੰਡਾ ਵੀ ਲਾਉਂਗੇ, ਆਪਣਾ ਤਿਰੰਗਾ ਮਹਾਰਾਜ ਦਾ ਵੀ ਲਾਉਂਗੇ, ਅਤੇ ਸ਼੍ਰੀ ਰਾਮ ਦਾ ਵੀ ਲਾਉਂਗੇ, ਹਰ ਧਰਮ ਦਾ ਲਾਉਂਗੇ। ਤੁਹਾਨੂੰ ਲੱਗਦਾ ਨਹੀਂ ਹਰ ਇੱਕ ਚੀਜ਼ ਦੀ ਮਰਿਆਦਾ ਹੁੰਦੀ ਹੈ? ਤਿਰੰਗੇ ਦੀ ਅਲੱਗ ਮਰਿਆਦਾ, ਨਿਸ਼ਾਨ ਸਾਹਿਬ ਦੀ ਅਲੱਗ ਮਰਿਆਦਾ ਹੈ, ਬਾਕੀ ਥਾਂ ਅਤੇ ਝੰਡਾ ਨਹੀਂ ਸਾਡਾ, ਇਹ ਸਾਡਾ ਝੰਡਾ ਜਿੱਥੇ ਨਿਸ਼ਾਨ ਸਾਹਿਬ ਲੱਗੇਗਾ ਉੱਥੇ ਭੁੱਖੇ ਨੂੰ ਰੋਟੀ। ਖਾਲਸੇ ਇਹੋ ਜਿਹੇ ਨਹੀਂ ਹੈਗੇ ਵੀ ਝੂਠੇ, ਉਸ ਵਕਤ ਸੱਚੀ ਖਾਲਸਾ ਹੈਗਾ, ਮੈਂ ਅੰਮ੍ਰਿਤਧਾਰੀ ਨਹੀਂ ਹੈਗਾ। ਜੋ ਮੋਦੀ ਕਰ ਰਿਹਾ ਉਹ ਲਿਖਿਆ, ਮੋਦੀ ਮੁੱਕਰਦਾ ਮੁੱਕਰਦਾ ਲਿਖਿਆ, ਉਹ ਖੱਟਣ ਨੇ ਗੋਲੀਆਂ ਮਾਰੀਆਂ, ਮੇਰੇ ਬੱਚੇ ਕਹੋ ਤਾਂ ਮੈਂ ਦਿਖਾ ਦਿੰਦਾ। ਮੈਂ ਹਾਂ ਮੋਦੀ, ਮੈਂ ਹਾਂ ਮੋਦੀ, ਅਤੇ ਤੁਸੀਂ ਇਹ ਤੁਹਾਨੂੰ ਇਹ ਚੀਜ਼ਾਂ ਕਿਉਂ ਲਿਖਣੀਆਂ ਪੈ ਗਈਆਂ? ਕਿਉਂਕਿ ਉਹ ਦੇਸ਼ ਦੇ ਪ੍ਰਧਾਨ ਮੰਤਰੀ ਨੇ, ਉਹਨਾਂ ਦੀ ਵੀ ਕੋਈ ਕਰ ਲੈਣਾ, ਮੈਂ ਕਾਹਦੀ ਹੁੰਦੀ ਆ। ਕਿਸਾਨ ਦਿੱਲੀ ਜਾਣ ਨੂੰ ਕਾਹਲੇ ਨੇ ਅਤੇ ਐੱਮ ਐੱਸ ਪੀ ਦੀ ਗਰੰਟੀ ਮੰਗ ਰਹੇ ਨੇ ਕਿ ਫਸਲਾਂ ਦੇ ਉੱਤੇ ਐੱਮ ਐੱਸ ਪੀ ਗਰੰਟੀ ਦਿੱਤੀ ਜਾਵੇ, ਪਰ ਵਿੱਚ ਤਸਵੀਰਾਂ ਵੱਖਰੀਆਂ ਹੋ ਜਾਂਦੀਆਂ ਨੇ। ਪਹਿਲੇ ਦਿਨ ਦੀ ਅਗਰ ਗੱਲ ਕੀਤੀ ਜਾਵੇ 21 ਤਰੀਕ ਨੂੰ ਜੋ ਸ਼ੰਭੂ ਬਾਰਡਰ 'ਤੇ ਹੁੰਦਾ ਹੈ, ਉਹ ਬੜੀਆਂ ਚੀਜ਼ਾਂ ਵੱਖਰੀਆਂ ਸੀਗੀਆਂ। ਉੱਥੇ ਇੱਕ ਆ ਗੱਡੀ ਦੇਖਣ ਨੂੰ ਮਿਲੀ ਆਰਮੀ ਦੀ, ਉੱਤੇ ਲਿਖਿਆ ਹੋਇਆ ਖਾਲਸਾ ਰੈਜੀਮੈਂਟ। ਤਾਂ ਇਹ ਆਰਮੀ ਦੀ ਗੱਡੀ ਉੱਥੇ ਕੀ ਕਰਦੀ ਸੀਗੀ? ਸਵਾਲ ਵੱਡੇ ਨੇ। ਇਹ ਆਰਮੀ ਦੀ ਗੱਡੀ ਹੈ ਤਾਂ, ਰੰਗ ਵੀ ਆਰਮੀ ਵਾਲਾ ਹੋਇਆ ਹੋਇਆ, ਪਰ ਇਹ ਬਾਬਾ ਜੀ ਹੋਰਾਂ ਦੀ ਹੈ। ਤਾਂ ਇਹ ਗੱਡੀ ਲੈ ਕੇ ਗਏ ਸੀਗੇ, ਚਾਰ ਝੰਡੇ ਲੱਗੇ ਹੋਏ ਨੇ, ਨਿਸ਼ਾਨ ਸਾਹਿਬ ਲੱਗਿਆ ਹੋਇਆ, ਰਾਮ ਮੰਦਰ ਦਾ ਲੱਗਿਆ ਹੋਇਆ, ਕਿਸਾਨਾਂ ਦਾ ਲੱਗਿਆ ਹੋਇਆ, ਦੇਸ਼ ਦਾ ਝੰਡਾ ਲੱਗਿਆ ਹੋਇਆ, ਚਾਰ ਝੰਡੇ ਲੱਗੇ ਹੋਏ ਨੇ। ਵਿਰੋਧ ਵੀ ਹੋਇਆ ਕਿ ਆਹ ਕੀ ਹੈ, ਕਹਿੰਦੇ ਐਵੇਂ ਦੇ ਝੰਡੇ ਲਾ ਕੇ ਆ ਗਏ, ਨਿਹੰਗ ਸਿੰਘਾਂ ਨੇ ਰੋਕ ਲਿਆ। ਪਰ ਅੱਜ ਅਸੀਂ ਗੱਲਬਾਤ ਕਰਾਂਗੇ, ਇਹ ਇੱਥੇ ਮੋਹਾਲੀ ਦੇ ਵਿੱਚ ਸਾਨੂੰ ਟੱਕਰ ਗਏ, ਤਾਂ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਇਹ ਚੀਜ਼ਾਂ ਕੀ ਕਹਿਣਾ ਚਾਹੁੰਦੇ ਨੇ। ਸਤਿ ਸ਼੍ਰੀ ਅਕਾਲ ਜੀ, ਠੀਕ ਠਾਕ ਹੋ? ਠੀਕ ਠਾਕ, ਯੂਵਾ ਗੁਰੂ ਚੜ੍ਹਦੀ ਕਲਾ। ਇੱਧਰ ਨੂੰ ਆ ਜਾਓ ਥੋੜ੍ਹਾ ਜਿਹਾ, ਪਿੱਛੇ ਸਾਧਨ ਆਉਂਦੇ ਆ। ਇਹ ਝੰਡੇ ਚਾਰ ਲਾਏ ਹੋਏ ਨੇ, ਨਿਸ਼ਾਨ ਸਾਹਿਬ ਲਾਇਆ ਹੋਇਆ, ਰਾਮ ਮੰਦਰ ਦਾ ਲਾਇਆ, ਕਿਸਾਨੀ ਦਾ ਲਾਇਆ ਹੋਇਆ, ਦੇਸ਼ ਦਾ ਲਾਇਆ ਹੋਇਆ, ਬੜੀਆਂ ਲਾਈਨਾਂ ਲਿਖੀਆਂ ਹੋਈਆਂ ਨੇ। ਤੁਹਾਡਾ ਤਾਂ ਵਿਰੋਧ ਵੀ ਹੋਇਆ ਹੈ, ਕੀ ਕਹਿਣਾ ਕੀ ਚਾਹੁੰਦੇ ਆ? ਝੰਡੇ ਝੰਡੇ ਹੀ ਕਹਿਣੇ ਚਾਹੁੰਦੇ ਵੀ ਅਸੀਂ ਹਰ ਧਰਮ ਨੂੰ ਮੰਨਦੇ ਹਾਂ, ਨਾ ਅਸੀਂ ਖਾਲਿਸਤਾਨੀ ਹਾਂ, ਨਾ ਵੱਖਵਾਦੀ ਆ, ਨਾ ਅੱਤਵਾਦੀ ਆ, ਨਾ ਪਾਕਿਸਤਾਨੀ ਆ। ਅਸੀਂ ਦੱਸਣ ਜੋ ਮੋਦੀ ਹੋਣੀ ਕਹਿੰਦੇ ਆ ਜਾਂ ਹੋਰ ਕਈ ਲੋਕ ਕਹਿੰਦੇ ਆ, ਇਹ ਖਾਲਿਸਤਾਨੀ ਨੇ, ਇਹ ਪਾਕਿਸਤਾਨੀ ਨੇ, ਇਹਨਾਂ ਨੂੰ ਬਾਹਰੋਂ ਪੈਸਾ ਆਉਂਦਾ ਸੀ, ਕੁਛ ਨਹੀਂ ਆ, ਇੱਥੇ ਤਾਂ ਰਹਿਣ ਵਾਲੇ ਆ। ਸਾਡਾ ਭਾਰਤ ਸਾਡੀ 90% ਕੁਰਬਾਨੀ ਆ, 90% ਮਤਲਬ ਪੰਜਾਬੀਆਂ ਦੀ, ਮੈਂ ਸਿੱਖਾਂ ਦੀ ਨਹੀਂ ਕਹਿੰਦਾ, ਪੰਜਾਬੀ ਦੀਆਂ। ਅੰਗਰੇਜ਼ਾਂ ਨੇ 1850 ਬੰਦਾ ਫਾਂਸੀ ਚੜ੍ਹਿਆ ਸੀ, 1100 ਬੰਦੇ ਸਾਡੇ ਪੰਜਾਬੀ ਸੀ, ਤਾਂ ਅਸੀਂ ਕਹਿੰਦੇ 90%। ਅਸੀਂ ਇਹਨੂੰ ਕਿਵੇਂ ਭੁੱਲ ਜਾਈਏ, ਅਸੀਂ ਕਿਵੇਂ ਦੂਰ ਕਰ ਦਈਏ ਆਪ ਤੋਂ? ਅੱਜ ਵੀ ਨਾਲ ਖੜ੍ਹੇ ਆ, ਭਾਰਤ ਦਾ ਝੰਡਾ ਲੈ ਕੇ ਹਰ ਵੇਲੇ ਮਰਨ ਨੂੰ ਤਿਆਰ ਹਾਂ, ਬੇਸ਼ੱਕ ਆਰਮੀ 'ਚ ਨਹੀਂ ਹੈਗੇ, ਬੇਸ਼ੱਕ ਹਰ ਵੇਲੇ ਹਰ ਕੁਰਬਾਨੀ ਦੇਣ ਨੂੰ ਤਿਆਰ ਆ। ਉਹ ਸਾਡੇ ਸ਼੍ਰੀ ਰਾਮ ਅਵਤਾਰ ਨੇ, ਠੀਕ ਹੈ। ਮੋਦੀ ਜੋ ਕਰ ਰਿਹਾ, ਚੰਗਾ ਕਰ ਰਿਹਾ, ਮਾੜਾ ਕਰ ਰਿਹਾ, ਸਾਨੂੰ ਨਹੀਂ ਪਤਾ। ਅਸੀਂ ਤਾਂ ਸ਼੍ਰੀ ਰਾਮ ਜੀ ਦਾ ਮੰਦਰ ਲਾਇਆ,
ਸਾਨੂੰ ਮੋਦੀ ਮੁਦੀ ਦਾ ਕੋਈ ਨਹੀਂ ਹੈ, ਮੋਦੀ ਦੇ ਆਰਾਮ ਨਾਲ ਜੋ ਕੀਤਾ ਕੋਈ ਨਹੀਂ। ਠੀਕ, ਤੁਹਾਨੂੰ ਤਾਂ ਸਵਾਲ ਵੀ ਹੋ ਗਏ ਸੀ ਮੋਰਚੇ ਤੇ ਗਏ, ਤੁਹਾਨੂੰ ਤਾਂ ਪੁੱਛਣ ਲੱਗ ਗਏ ਕਿ ਆਹ ਕੀ ਲਾਇਆ ਹੋਇਆ, ਐਵੇਂ ਝੰਡੇ ਲਾਏ, ਨਿਸ਼ਾਨ ਸਾਹਿਬ ਲਾ ਕੇ ਉਹਦੇ ਨਾਲ ਤਿਰੰਗੇ ਲਾਏ ਹੋਏ ਨੇ। ਬੋਲਣ ਵਾਲੇ ਬੜਾ ਕੋਈ ਬੋਲਦੇ, ਪਰ ਅਸੀਂ ਜੋ ਦੱਸਣਾ ਚਾਹੁੰਦੇ ਦੱਸਤਾ ਵੀ ਅਸੀਂ, ਸਾਡਾ ਕੋਈ ਧਰਮ ਨਹੀਂ ਅੱਡ, ਸਾਡਾ ਕੋਈ ਆਪਸ 'ਚ ਫਿਰਕੇਬਾਜ਼ੀ ਨਹੀਂ ਆ, ਸਾਡੇ ਗੁਰੂਆਂ ਦਸਵਾਂ ਪਾਤਸ਼ਾਹੀਆਂ ਪਹਿਲੀ ਪਾਤਸ਼ਾਹੀ ਤੋਂ ਲੈ ਕੇ ਦਸਵੀਂ ਪਾਤਸ਼ਾਹੀ ਤੱਕ ਹਰ ਸੱਚਾਈ, ਹਰ ਧਰਮ, ਹਰ ਆਦਰ ਮਾਣ ਨੂੰ ਕਿਹਾ, ਅਤੇ ਕਿਸੇ ਨਾਲ ਧੋਖਾ ਕਰਨ ਨੂੰ ਨਹੀਂ ਕਿਹਾ। ਅਤੇ ਅਸੀਂ ਕਿਉਂ ਕਰੀਏ, ਅਸੀਂ ਇਹ ਝੰਡਾ ਵੀ ਲਾਉਂਗੇ, ਆਪਣਾ ਤਿਰੰਗਾ ਮਹਾਰਾਜ ਦਾ ਵੀ ਲਾਉਂਗੇ, ਅਤੇ ਸ਼੍ਰੀ ਰਾਮ ਦਾ ਵੀ ਲਾਉਂਗੇ, ਹਰ ਧਰਮ ਦਾ ਲਾਉਂਗੇ। ਤੁਹਾਨੂੰ ਲੱਗਦਾ ਨਹੀਂ ਹਰ ਇੱਕ ਚੀਜ਼ ਦੀ ਮਰਿਆਦਾ ਹੁੰਦੀ ਹੈ? ਤਿਰੰਗੇ ਦੀ ਅਲੱਗ ਮਰਿਆਦਾ, ਨਿਸ਼ਾਨ ਸਾਹਿਬ ਦੀ ਅਲੱਗ ਮਰਿਆਦਾ ਹੈ, ਬਾਕੀ ਬਾਕੀ ਤਾਂ ਅਤੇ ਝੰਡਾ ਨਹੀਂ ਸਾਡਾ, ਇਹ ਸਾਡਾ ਝੰਡਾ ਜਿੱਥੇ ਨਿਸ਼ਾਨ ਸਾਹਿਬ ਲੱਗੇਗਾ ਉੱਥੇ ਭੁੱਖੇ ਨੂੰ ਰੋਟੀ, ਕੱਪੜਿਆਂ ਨੂੰ ਕੱਪੜਾ ਮਿਲੂਗਾ, ਰਹਿਣ ਨੂੰ ਜਗ੍ਹਾ ਮਿਲੇਗੀ ਫਰੀ, ਜੋ ਉਹਨੂੰ ਚਾਹੀਦਾ ਮਿਲੂਗਾ। ਇਹ ਇੱਕ ਨਿਵਾਸ ਬਣ ਜਾਂਦਾ, ਇੱਕ ਆਸਰਾ ਬੰਦੇ ਦਾ, ਕਿਸੇ ਚੀਜ਼ ਦੀ ਉਹਨੂੰ ਕਮੀ ਨਹੀਂ ਹੁੰਦੀ ਜਿੱਥੇ ਇਹ ਲੱਗਾਊਗਾ ਜੇ ਉੱਥੇ ਚੱਲ ਜਾਏ। ਇਹ ਸਾਡੇ ਭਾਈਚਾਰਾ ਗੁਰੂ ਤੋਂ ਸ਼ੁਰੂ ਤੋਂ ਬਣਿਆ ਆ ਰਿਹਾ, ਅਸੀਂ ਕੋਈ ਅੱਜ ਨਹੀਂ ਬਣਾਇਆ ਵੀ ਮੋਰਚੇ ਲਾ ਰਹੇ ਤਾਂ ਬਣਿਆ, ਨਾ, ਅਸੀਂ ਹਮੇਸ਼ਾ ਖੜ੍ਹੇ ਹਾਂ, ਤਿਆਰ ਬਾਰ ਤਿਆਰ ਰਹਿੰਦੇ ਹਾਂ ਤਿਰੰਗੇ ਵਾਸਤੇ, ਆਪਣੇ ਧਰਮ ਔਰ ਵਾਸਤੇ, ਬੁਰਾ ਨਾ ਅਸੀਂ ਕਿਸੇ ਧਰਮ ਨੂੰ ਕਹਿੰਦੇ ਹਾਂ ਨਾ ਕਹਾਂਗੇ। ਤੁਸੀਂ ਗੱਡੀ 'ਤੇ ਲਿਖਿਆ ਹੋਇਆ ਜਿਪਸੀ ਅਤੇ ਖਾਲਸਾ ਰੈਜੀਮੈਂਟ, ਅਤੇ ਖਾਲਸਾ ਰੈਜੀਮੈਂਟ ਸਿੱਖ ਰੈਜੀਮੈਂਟ ਤਾਂ ਸੁਣੀ ਸੀਗੀ, ਇਹ ਰੰਗ ਹੈਗਾ ਸੀਗਾ, ਮੈਂ ਕਿਹਾ ਚਲੋ ਖਾਲਸਾ ਲਿਖ ਦਿੰਦੇ ਹਾਂ, ਆਪ ਤਾਂ ਖਾਲਸੇ ਹੈਗੇ ਨਾ, ਖਾਲਸੇ ਇਹੋ ਜਿਹੇ ਨਹੀਂ ਹੈਗੇ ਵੀ ਝੂਠੇ, ਉਸ ਵਕਤ ਸੱਚੀ ਖਾਲਸਾ ਹੈਗਾ, ਮੈਂ ਅੰਮ੍ਰਿਤਧਾਰੀ ਨਹੀਂ ਹੈਗਾ, ਊਂ ਮੈਂ ਖਾਲਸਾ, ਹਰ ਕੋਈ ਕਿਸੇ ਦਾ ਧੱਕਾ ਨਹੀਂ ਕਰਦਾ, ਕਿਸੇ ਦਾ ਪੈਰ ਨਹੀਂ ਮਾਰਦਾ, ਕਿਸੇ ਨੂੰ ਧੋਖਾ ਨਹੀਂ ਕਰਦਾ, ਮਹਾਰਾਜ ਨਾਲ ਤਿਆਰ ਹਾਂ, ਨਾ ਭਾਰਤ ਦਾ ਬਣਾ ਧੋਖਾ ਕਰਾਂਗੇ, ਮਰ ਜਾਵਾਂਗੇ ਇਹਨੂੰ ਨਹੀਂ ਛੱਡਾਂਗੇ। ਇਹ ਫਿਰ ਖਾਲਸਾ ਕਿਵੇਂ ਦਾ ਹੋਇਆ? ਗੁਰੂ ਮਹਾਰਾਜ ਤਾਂ ਕਹਿੰਦੇ ਨੇ ਖਾਲਸਾ ਮੇਰਾ ਰੂਪ ਹੈ, ਖਾਲਸਾ ਮੈਂ ਉਹ ਕਰੂੰ ਨਿਵਾਸ, ਇਹ ਉਹ ਤਾਂ ਹੈ ਹੀ ਹੈ, ਸੱਚਾਈ ਵਾਲੇ ਪਾਸੇ ਰਹਿਣਾ, ਮਤਲਬ ਸੱਚ ਨਾਲ ਖੜ੍ਹੇ, ਝੂਠ ਨਾਲ ਨਹੀਂ ਖੜ੍ਹੇ। ਜੋ ਮੋਦੀ ਕਰ ਰਿਹਾ ਉਹ ਲਿਖਿਆ, ਮੋਦੀ ਮੁੱਕਰਦਾ ਮੁੱਕਰਦਾ ਲਿਖਿਆ, ਉਹ ਖੱਟਣ ਨੇ ਗੋਲੀਆਂ ਮਾਰੀਆਂ ਮੇਰੇ ਵੱਜੀਆਂ, ਕਹੋ ਤਾਂ ਮੈਂ ਦਿਖਾ ਦਿੰਦਾ ਪਜਾਮਾ ਨੀਚੇ ਕਰਕੇ, ਹਾਂ, ਅਤੇ ਗੋਲੇ ਵੱਜੇ ਸੱਟਾਂ ਨੂੰ ਛੱਡਾਂ, ਥਰੂ ਗੈਸ ਦੇ ਗੋਲੇ ਵੱਜੇ, ਹਾਂਜੀ ਹਾਂਜੀ, ਅੱਗੇ ਸੀ ਮੈਂ, ਇਹ 21 ਤਰੀਕ ਨੂੰ ਵੱਜੇ ਆ, ਹੁਣ ਫਿਰ ਤਿਆਰੀ ਆ, ਅੱਜ ਬਣਾਇਆ ਪੋਸਟਰ ਮੋਦੀ ਦਾ। ਅੱਛਾ, ਇਹ ਜਿਹੜੀਆਂ ਚੀਜ਼ਾਂ ਨੇ, ਜਿਵੇਂ ਆਹ ਤੁਸੀਂ ਪੋਸਟਰ ਲਾਇਆ ਹੋਇਆ ਇੱਕ ਇੱਥੇ, ਮੈਂ ਹਾਂ ਮੋਦੀ, ਮੈਂ ਹਾਂ ਮੋਦੀ, ਅਤੇ ਤੁਸੀਂ ਇਹ ਤੁਹਾਨੂੰ ਇਹ ਚੀਜ਼ਾਂ ਕਿਉਂ ਲਿਖਣੀਆਂ ਪੈ ਗਈਆਂ? ਕਿਉਂਕਿ ਉਹ ਦੇਸ਼ ਦੇ ਪ੍ਰਧਾਨ ਮੰਤਰੀ ਨੇ, ਉਹਨਾਂ ਦੀ ਵੀ ਕੋਈ ਇਹ ਕਰ ਰਿਹਾ ਨਾ, ਮੈਂ ਕਾਹਦੀ ਹੁੰਦੀ ਆ, ਗੱਲ ਕਰੇ ਕੋਈ ਸਿਰੇ ਦੀ ਗੱਲ ਕਰੇ, ਕੋਈ ਕਾਨੂੰਨ ਹੈ, ਮੇਰੇ ਕੋਲ ਇਹਦੇ ਨੀਚੇ ਨਾ ਉਹ ਲੱਗਾ ਸੀਗਾ, ਆਪਣਾ ਹਾਈ ਕੋਰਟ ਦੀ 12 ਤਰੀਕ ਦੀ ਵੀ, ਪੰਜਾਬ ਸਰਕਾਰ, ਹਰਿਆਣਾ ਸਰਕਾਰ, ਦਿੱਲੀ ਸੈਂਟਰ ਸਰਕਾਰ, ਵੀ ਕਿਸੇ ਕਿਸਾਨ ਨੂੰ, ਕਿਸੇ ਵੀ ਬੰਦੇ ਨੂੰ ਨਹੀਂ ਰੋਕ ਸਕਦੀ, ਹਰ ਕੋਈ ਬੰਦਾ ਆਪਣਾ ਪ੍ਰਦਰਸ਼ਨ, ਆਪਣੇ ਹੱਕ ਮੰਗ ਸਕਦਾ, ਸਗੋਂ ਇਹਨਾਂ ਨੂੰ ਜੇ ਦਿੱਲੀ ਜਾਣਾ ਦਿੱਲੀ ਜਗ੍ਹਾ ਦਿੱਤੀ ਜਾਏ ਆਪਦੇ ਹੱਕ ਮੰਗਣ ਵਾਸਤੇ, ਤੁਸੀਂ ਇਹਨਾਂ ਨੂੰ ਗੋਲੀਆਂ ਮਾਰ ਰਹੇ ਹੋ, ਤੁਸੀਂ ਇਹ ਵੱਧ ਅਸੀਂ ਮੰਗਦੇ ਹੋ, ਜੋ ਤੂੰ 2021-26 ਜਨਵਰੀ ਤੋਂ ਬਾਅਦ ਮੰਨਿਆ ਸੀ, ਜਦੋਂ ਗੁਰੂ ਨਾਨਕ ਦੇਵ ਦੇ ਇਹਨੇ ਕੈਂਸਲ ਕੀਤਾ ਸੀ ਆਪਣਾ ਕਾਨੂੰਨ, ਆਪਣਾ ਥੁੱਕਿਆ ਆਪ ਚੱਟਿਆ ਸੀ, ਉਦੋਂ ਇਹਨੇ ਕਿਹਾ ਸੀ ਮੈਂ ਆਹ ਮੰਗਾਂ ਮੰਨੂੰਗਾ, ਅਤੇ MST ਵਾਲਾ ਸਭ ਕੁਝ ਕਿਹਾ, ਉਹ ਹੁਣ ਮੁੱਕਰ ਹੀ ਹੈ, ਫਿਰ ਕੀ ਕਰੀਏ, ਮਰੇ ਮੁੱਕੇ ਦਾ ਕੀ ਆਖੇ, ਤਾਂ ਇਹ ਚੀਜ਼ਾਂ ਲਿਖੀਆਂ ਹੋਈਆਂ। ਹੁਣ ਫਿਰ ਜਿਪਸੀ ਲੈ ਕੇ ਦਿੱਲੀ ਲੰਘੋਗੇ ਅੱਗੇ ਨੂੰ ਬਾਰਡਰਾਂ ਤੋਂ, ਜਿਵੇਂ ਤਾਂ ਤਿਆਰੀ ਪੂਰੀ ਹੋ ਰਹੀ ਹੈ? 21 ਨੂੰ ਤਿਆਰੀ ਸੀ, 21 ਨੂੰ ਲੰਘਿਆ, ਕੋਈ ਨਹੀਂ, ਜੇ ਸੱਟ ਲੱਗ ਗਈ ਤਾਂ ਕੀ ਆ, ਫਿਰ ਤਿਆਰ ਹਾਂ, ਹੁਣ ਠੀਕ ਹੋ ਗਿਆ, ਅੱਗੇ ਅੱਗੇ ਫਿਰ ਤਿਆਰੀ ਕਰੋ, ਫਿਰ ਜਾਊਂਗਾ ਹੀ ਜਾਵੇ। ਉਹਨਾਂ ਨੇ ਤਾਂ ਬੰਦ ਕਰ ਦੇਣੀ ਗੱਡੀ, ਡੀਜ਼ਲ ਵਾਲੀ ਤਾਂ ਵੈਸੇ ਵੀ ਨਹੀਂ ਚੱਲਣਾ, ਕੋਈ ਨਹੀਂ ਕਰ ਦੇ, ਮਹਾਰਾਜ ਹੋਰ ਜੇ ਮਹਾਰਾਜ ਨੇ ਦਿੱਤੀ ਹੈ ਤਾਂ ਕੋਈ ਲੈ ਲੂਗਾ, ਸਾਨੂੰ ਕਾਹਦੀ ਕਮੀ ਹੈ, ਦੇਣ ਵਾਲਾ ਬੈਠਾ, ਸਾਨੂੰ ਡਰ ਕੇ ਦਾ ਨਹੀਂ, ਸਾਡੇ ਮੇਰੇ ਨਾਲ ਅੱਲਾ ਵੀ ਹੈ, ਵਾਹਿਗੁਰੂ ਵੀ ਹੈ, ਸ਼੍ਰੀ ਰਾਮ ਵੀ ਹੈ, ਭੋਲਾ ਸ਼ੰਕਰ ਹੈ, ਈਸਾਈ ਨੇ, ਸਾਡੇ ਮੁਸਲਮਾਨ ਭਰਾ ਨੇ, ਸਾਡੇ ਨਾਲ ਸਾਰੇ ਹੀ ਨੇ।
ਤਾਂ ਹੀ ਜਿੱਤੇ ਸੀ ਅੱਗੇ ਲਿਖਿਆ ਨਾ ਸਾਡਾ ਭਾਈਚਾਰਾ ਜਿੰਦਾਬਾਦ, ਕਿਸਾਨ ਮਜ਼ਦੂਰ ਏਕਤਾ ਬਿੰਦਾ ਜਿੰਦਾਬਾਦ। ਆਖੋ ਅਸੀਂ ਦਿੱਲੀ ਆ ਰਹੇ ਹਾਂ, ਲੈ ਕੇ ਆਇਆ ਮੈਂ ਸਾਰੇ ਭਾਈ, ਹਿੰਦੂ ਮੁਸਲਿਮ ਸਿੱਖ ਈਸਾਈ, ਮੋਦੀ ਆ ਹੁਣ ਭੱਜ ਨਾ ਜਾਈ, ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ, ਸਾਡਾ ਭਾਈਚਾਰਾ ਜਿੰਦਾਬਾਦ, ਹੁਣ ਖੜ ਜਾ ਮੋਦੀ ਆ ਫਿਰ ਦੁਬਾਰਾ ਤੇਰੀ ਸ਼ਮਤ ਅਸੀਂ, ਪਹਿਲਾਂ ਵੀ ਮੁੱਕ ਰਹੀ ਸੀ ਤਾਂ ਮੈਂ ਕਿਹਾ ਹੁਣ ਦੁਬਾਰਾ ਤੇਰਾ ਹੋ ਜਾ ਖੂੰ। ਤਾਂ ਬਿਲਕੁਲ ਇਹਨਾਂ ਨੇ ਆ ਜਿਪਸੀ ਜਿਹੜੀ ਹੈ ਲੈਤੀ ਹੋਈ ਹੈ, ਇੱਕ ਵਾਰੀ ਮੈਂ ਫਿਰ ਤੋਂ ਦਿਖਾ ਦੇਵਾਂ ਤਾਂ ਜਿਹੜੀਆਂ ਚੀਜ਼ਾਂ ਨੇ। ਅੱਛਾ ਵੀ ਵਿੱਚ ਕੀ ਕੁਛ ਹੈ? ਅੱਛਾ ਇਹ ਵੀ ਲਾਇਆ ਹੋਇਆ ਇੱਧਰ। ਓਏ ਮੋਦੀ ਆ ਪੰਜਾਬ ਨਾਲ ਤੂੰ ਸ਼ੁਰੂ ਤੋਂ ਵਿਤਕਰਾ ਕਰਦਾ ਆ ਰਿਹਾ। ਪਹਿਲਾਂ ਸਾਡੀਆਂ 3 ਸਾਲਾਂ ਤੋਂ ਝਾਕੀਆਂ ਰੱਦ ਕੀਤੀਆਂ, ਦੇਸ਼ ਦੀਆਂ ਝਾਕੀਆਂ ਜਿਹੜੀਆਂ ਹੁੰਦੀਆਂ ਹਰ 26 ਜਨਵਰੀ ਨੂੰ, ਹਰ 15 ਅਗਸਤ ਨੂੰ, ਸਾਰੇ ਸੂਬਿਆਂ ਦੀਆਂ ਸਾਰੀ ਸਟੇਟਾਂ ਦਿਖਾਈ ਜਾ ਰਹੇ, ਪੰਜਾਬ ਦੀਆਂ ਦਿਖਾਉਂਦੀਆਂ, ਇਹਨੂੰ ਬੱਚੇ ਮੂੰਹ 'ਚ ਪਾਉਂਦੇ ਆ, ਸਾਡੀਆਂ ਝਲਕੀਆਂ ਦਿਖਾਉਂਦਾ ਹੀ ਨਹੀਂ ਵੀ ਪੰਜਾਬ ਵਾਲੇ ਕੀ ਕੀ ਦਿਖਾ ਦੇਣਗੇ। ਇਸ ਕਰਕੇ ਮੈਂ ਲਿਖਿਆ ਤੂੰ ਝਲਕੀਆਂ ਰੱਦ ਕੀਤੀਆਂ, ਇਹਦਾ ਮਤਲਬ ਉਹ ਹੈ ਨਾ ਵਿਤਕਰਾ ਹੀ ਆ। ਝਲਕੀਆਂ ਕਦੀ ਬੱਚਿਆਂ ਦੀ ਝਲਕੀਆਂ ਬੰਦ ਕਰਤੀਆਂ ਤਾਂ ਵਿਤਕਰਾ ਹੀ ਹੋਇਆ, ਕਿਸਾਨਾਂ ਦੇ ਕੀਤੇ ਵਾਅਦਿਆਂ ਤੋਂ ਮੁੱਕਰ ਗਿਆ, ਕਿੰਨਾ ਕਿਸਾਨਾਂ ਉੱਤੇ ਆਣ ਮੁੱਖੀ ਤਸ਼ੱਦਦ ਕਰ ਰਿਹਾ, ਗੰਦੇ ਪਾਣੀ ਵਿੱਚ ਕੈਮੀਕਲ ਪਾ ਕੇ ਕਿਸਾਨਾਂ ਦੀ ਵਿਛਾਰਾ ਮਰਵਾ ਰਿਹਾ, ਪਲਾਸਟਿਕ ਦੀ ਗੋਲੀਆਂ ਮਰਵਾ ਰਿਹਾ, 700 ਕਿਸਾਨ ਮਰਵਾ ਕੇ ਵੀ ਨਹੀਂ ਸੁਧਰਿਆ। ਮੋਦੀਆ ਤੂੰ ਜੋ ਮਰਜ਼ੀ ਕਰ ਲੈ, ਗੋਲੀਆਂ ਛੱਡ ਭਾਵੇਂ ਤੋਪਾਂ ਚਲਾ ਕੇ, ਪਰ ਅਸੀਂ ਆਪਣੇ ਹੱਕ ਲੈ ਕੇ ਰਹਾਂਗੇ, ਅਸੀਂ ਤੇਰੇ ਕੋਲ ਆਪਣੇ ਹੱਕ ਮੰਗਦੇ ਹਾਂ, ਕੋਈ ਭੀਖ ਨਹੀਂ। ਤਾਂ ਬਿਲਕੁਲ ਬਿਲਕੁਲ ਇਹ ਤਸਵੀਰ ਹੈ, ਤਾਂ ਇਹ ਬਾਬੇ ਨੇ ਤਿਆਰ ਕਰਾਈ ਹੋਈ ਆਪਣੀ ਜਿਪਸੀ, ਅਤੇ ਜਿਸ ਦੇ ਵਿੱਚ ਇਹ ਸਾਰੀਆਂ ਚੀਜ਼ਾਂ ਲਿਖੀਆਂ ਹੋਈਆਂ ਨੇ, ਕਿਵੇਂ ਤਸ਼ੱਦਦ ਹੋਇਆ 21 ਤਰੀਕ ਨੂੰ ਕਹਿੰਦੇ, ਉਹ ਬਿਆਨ ਕੀਤਾ। ਤਾਂ ਇਹਨਾਂ ਨੇ ਹੁਣ ਫਿਰ ਇੱਕ ਪੋਸਟਰ ਲਾਉਣਾ ਇਸ ਪਾਸੇ ਨੂੰ ਪਿੱਛੇ ਦੀ, ਤਾਂ ਜਿਸ ਦੇ ਵਿੱਚ ਇਹ ਚੀਜ਼ਾਂ ਲਿਖੀਆਂ ਜਾਣਗੀਆਂ, ਵੱਡਾ ਫਲੈਕਸ ਹੈ ਉਹ ਲਾਇਆ ਜਾਏਗਾ, ਕਰ ਭਲਾ ਹੋ ਭਲਾ, ਅੰਤ ਭਲੇ ਦਾ ਭਲਾ, ਬੁਰੀ ਨਜ਼ਰ ਵਾਲੇ ਤੇਰਾ ਵੀ ਹੋਵੇ ਭਲਾ, ਅਜਿਹਾ ਲਿਖਿਆ ਹੋਇਆ। ਬੰਦਿਆ ਹਰ ਸਮੇਂ ਬੋਲ ਸਤਨਾਮ ਵਾਹਿਗੁਰੂ, ਚੰਗੇ ਮਾੜੇ ਸਭ ਦਾ ਭਲਾ ਕਰੀ ਵਾਹਿਗੁਰੂ, ਪਰਮਾਤਮਾ ਨੂੰ ਹਰ ਸਮੇਂ ਯਾਦ ਰੱਖੋ, ਹਰ ਸਮੇਂ ਸਰਬਤ ਦਾ ਭਲਾ ਮੰਗਦੇ ਰਹੋ, ਪਰਮਾਤਮਾ ਏਕ ਹੈ ਉਸਦੇ ਰੂਪ ਅਨੇਕ ਨੇ। ਤਾਂ ਇਹ ਏਕਾ ਦੀ ਗੱਲ ਕਰਦੇ ਹੋਏ ਝੰਡੇ ਲਾਏ ਹੋਏ ਨੇ 4, ਨਿਸ਼ਾਨ ਸਾਹਿਬ, ਦੇਸ਼ ਦਾ ਤਿਰੰਗਾ, ਕਿਸਾਨੀ ਦਾ, ਰਾਮ ਮੰਦਰ ਦਾ। ਤਾਂ ਇਹ ਤੁਹਾਨੂੰ ਕਿਵੇਂ ਦੀ ਤਸਵੀਰ ਲੱਗੀ, ਇਸ ਦੇ ਉੱਤੇ ਵੱਧ ਤੋਂ ਵੱਧ ਕਮੈਂਟ ਜ਼ਰੂਰ ਸਾਂਝੇ ਕਰਿਓ। ਕੈਮਸਾ ਯੋਗ ਦੇ ਸੀ ਜਗਮੀਤ, ਧੰਨਵਾਦ।